ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਸ਼ੰਭੂ ਬਾਦਰ ਪਹੁੰਚੇ ਪਾਣਾ ਸਿੱਧੂ ਤੇ ਲੱਖਾਂ ਸਦਾਣਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਚੁੱਕੀ ਆਵਾਜ਼ ਮਾਨ ਸਰਕਾਰ ਤੇ ਬਰੇ ਤਾਂ ਦੋਸਤੋ ਸ਼ੰਭੂ ਬਾੜਾ ਆਪਣੇ ਸੈਂਕੜੇ ਲੋਕਾਂ ਦੇ ਕਾਫਲੇ ਦੇ ਨਾਲ ਕਿਸਾਨ ਸੰਘਰਸ਼ ਵਿੱਚ ਪੁੱਜੇ। ਪਾਨਾ ਸਿੱਧੂ ਅਤੇ ਲਖਾ ਸੁਧਾਨਾ ਦਾ ਨੌਂ ਬਾਨ ਕਿਸਾਨਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰ ਦਿੰਦੇ ਹੋਏ ਲਖਾ ਸੁਧਾਨਾ ਨੇ ਕਹਿ ਕੇ ਸਮੂਹ ਕਿਸਾਨ ਜੱਟ ਬਣ ਗਾਤੇ ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਐਸਾ ਸੰਘਰਸ਼ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਵਿਵਾਦਾਂ ਕਹਿ ਕੇ ਇਹ ਕਿ ਕਿਸਾਨਾਂ ਦੇ ਲਈ ਕੁਝ ਨਹੀਂ ਕਰੀ ਉਲਟਾ ਉਹਨਾਂ ਦੇ ਵਿਰੋਧ ਦਾ ਨਾਮਜਦਗੀਆਂ ਭਰ ਕੇ ਸਾਡੇ 92 ਬੰਦ ਦਾ ਮਨੂਬਲ ਤੋੜਨ ਦੀ ਕੋਸ਼ਿਸ਼ ਕਰੀਆ ਤੈਨ ਨੂੰ ਅਗਲੀ ਰਣਨੀਤੀ ਬਣਾਉਣ ਦਾ ਐਲਾਨ ਦੱਸਦੇ ਕਿ ਕਿਸਾਨਾਂ ਦਿੱਲੀ ਵੱਲ ਮਾਰਚ 3 ਮਾਰਚ ਤੱਕ ਮੁਲਤ ਵਿਖ ਕਿਸਾਨਾਂ ਨੇ ਕਿਹਾ ਕਿ ਅਗਲੀ ਰਣਨੀਤੀ 3 ਮਾਰਚ ਤੋਂ ਬਾਅਦ ਹੀ ਐਲਾਨੀ ਜਾਵੇਗੀ ਸ਼ੁਭ ਕਰਨ ਦੇ ਸ਼ਸਕਾਰ ਤੋਂ ਬਾਅਦ ਕੇਸਾਨਾਂ ਦੇ ਐਸਾ ਅੰਦੋਲਨ ਨੂੰ ਬ੍ਰੇਕ ਲੱਗ ਗਈ ਸੀ ਅਗਲੀ ਖਬਰ ਹੈ ਪੰਜਾਬ ਦੇ ਬਜਟ ਲੋਕ ਸਭਾ ਚੋਣਾਂ ਦੇ ਲਈ ਆਪ ਕਦੋਂ ਕਰੇਗੀ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੇਜਰੀ ਬਾਲ ਨੇ ਕੀਤਾ ਖੁਲਾਸਾ ਤਾਂ ਦੋਸਤੋ ਪੰਜਾਬ ਦੇ ਬਜਟ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਰੁੱਝੀ ਹੋਈ ਆ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮਾਂ ਤੇ ਵਿਚਾਰ ਕਰ ਰਹੀ ਆ ਪੰਜਾਬ ਦੇ ਬਜਟ ਆਮ ਆਦਮੀ ਪਾਰਟੀ ਜਲਦੀ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰੇਗੀ ਆਪ ਦੇ ਕੌਮੀ ਕਨਵੀਨਰ ਅਰਵਿੰਦਾ ਕੈਰਵਾਲ ਨੇ ਕਹਿ ਕੇ ਅਮੀਰਵਾਰ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਗਲੇ 2 ਤੋਂ 4 ਦਿਨਾਂ ਦੇ ਵਿੱਚ ਐਲਾਨ ਕਰ ਦਿੱਤਾ ਜਾਵੇਗਾ ਸ਼ਨੀਵਾਰ 2 ਮਾਰਚ ਨੂੰ ਪੰਜਾਬ ਦੇ ਵਿੱਚ 165 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਮੌਕੇ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਾ ਕੈਰਵਾਲ ਨੇ ਲੋਕਾਂ ਨੂੰ ਆਮ ਆਦਮੀ ਦੇ ਹੱਕ ਦੇ ਵਿੱਚ ਆ ਵੋਟ ਪਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਮਜ਼ਬੂਤਾ ਕਰਨਾ ਚਾਹੀਦਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਟੋਕਨ ਟਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕੀ ਪੰਜਾਬ ਦੇ ਦਫ਼ਤਰ ਮੋੜ 7 ਵਜੇ ਲੱਗਣਗੇ ਸੁਣੋ ਭਗਵਾਨਤਮਾਨ ਨੇ ਕੀ ਦਿੱਤੇ ਸੰਕੇਤ ਤਾਂ ਦੋਸਤੋ ਪੰਜਾਬ ਦੇ ਸਰਕਾਰੀ ਦਫ਼ਤਰਾਂ ਨੂੰ 7 ਵਜੇ ਤੋਂ ਕੁੱਲਨ ਦੇ ਸੰਕੇਤ ਦਿੱਤੇ ਗਏ ਹਨ ਮਾਨ ਨੇ ਕਹਿ ਕੇ ਪਿਛਲੇ ਸਾਲ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ 55 ਮੀਗਾਵਾਟ ਬਿਜਲੀ ਦੀ ਬਚਤ ਹੋਈ ਸੀ ਮਾਨ ਨੇ ਕਹਿ ਕੇ ਅਸੀਂ ਲੋਕਾਂ ਦੀਆਂ ਸਹੂਲਤਾਂ ਨੂੰ ਮੱਖ ਰੱਖਦੇ ਹੋਏ 1 April ਤੋਂ 31 July ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦਾ ਫੈਸਲਾ ਲਿਆ ਸੀ ਜਿਸ ਦੇ ਨਾਲ 55 ਮੀਗਾਵਾਟ ਦੀ ਬਿਜਲੀ ਦੀ ਬੱਚਾ ਤਾਂ ਹੋਈ ਹੈ ਲੋਕਾਂ ਦੇ ਕੰਮ ਸਮੇਂ ਸਰ ਹੋਈ ਖੱਜਲ ਖਵਾਰੀਆਂ ਘਟੀਆਂ ਸੀ ਇਹ ਮੰਨਨੇ ਐਸਾ ਬਿਆਨ ਤੋਂ ਇਹੀ ਸੰਕੇਤ ਮਿਲਿਆ ਹਨ ਕਿ ਇਸ ਵਾਰ ਵੀ ਦਫ਼ਤਰਾਂ ਦਾ ਸਮਾਂ ਬਦਲ ਜਾਵੇਗਾ ਪੰਜਾਬ ਹਰਿਆਣਾ ਦੇ ਵਿਚ ਜਾ ਮੀਂਹ ਦੇ ਨਾਲ ਪਏ ਗੜੇ ਚੱਲੀਆਂ ਤੇ ਜਾਂ ਬਾਵ ਮਹਾਮਾਚਲ ਦੇ ਵਿਚ 2.5 ਫੁੱਟ ਤੱਕ ਢਿੱਗੀ ਬਰਫ਼ ਤਾਂ ਦੋਸਤੋ ਅੱਜ ਸ਼ਨੀਵਾਰ ਨੂੰ ਹਰਿਆਣਾ ਤੇ ਪੰਜਾਬ ਦੇ ਵਿੱਚ ਜਾਂ ਮੀਂਹ ਦੇ ਨਾਲ ਭਾਰੀ ਗੜੇਮਾਰੀ ਹੋਈ ਆ ਹਰਿਆਣਾ ਦੇ ਜੀ ਦਾ ਫਤਿਆਬਾਦ ਅਤੇ ਹਿਸਾਰ ਦੇ ਵਿੱਚ ਆ ਦੁਪਹਿਰ ਬਾਅਦ ਤੇਜ਼ ਬਾਰਾਂ ਤੇ ਮੀਂਹ ਦੇ ਨਾਲ ਗੜੇਮਾਰੀ ਹੋਈ ਜਦਕਿ ਪੰਜਾਬ ਦੇ ਜਲੰਧਰ ਮੋਕਸਰ ਦੇ ਵਿੱਚ ਗੜੇਮਾਰੀ ਦੇ ਨਾਲ ਮੀਂਹ ਪਿਆ ਤੇ ਉਸ ਦੇ ਨਾਲ ਹੀ ਹਿਮਾਚਲ ਦੇ ਵਿੱਚ ਬਰਬਾਰੀ ਹੋਈ ਚੰਡੀਗੜ੍ਹ ਦੇ ਵਿੱਚ ਬੱਦਲ ਸ਼ਾਇਰੇ ਮੌਸਮ ਵਿਭਾਗ ਨੇ ਪੁਵੈਕਵਾਣੀ ਕੀਤੀ ਆ ਕਿ ਮਾਰਚ ਦਾ ਮਹੀਨਾ ਉੱਤਰੀ ਭਾਰਤ ਦੇ ਵਿੱਚ ਠੰਡਾ ਰਹੇਗਾ ਤਿਹੱਦ ਦੇ ਨਾਲ ਹੀ ਬਾਰਿਸ਼ ਆਮ ਦੇ ਨਾਲੋਂ ਘੱਟ ਹੋ ਸਕਦੀ ਹੈ। ਅਗਲੀ ਖਬਰ ਹੈ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਰਵਾਲ ਦੇ ਵੱਲੋਂ ਪੰਜਾਬ ਦੇ ਵਿੱਚ 165 ਹੋਰ ਆਮ ਆਦਮੀ ਕਲੀਨਿਕਾਂ ਲੋਕਾਂ ਨੂੰ ਸਮਰਪਿਤ। ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਰਵਾਲ ਨੇ ਕੱਲ ਸਵੇਰੇ ਵਿੱਚ 165 ਹੋਰ ਆਮ ਆਦਮੀ ਕਲੀਨਿਕਾਂ ਦਾ ਪੰਜਾਬ ਵਾਸੀਆਂ ਨੂੰ ਸਮਰਪਤਾ ਕੀਤੇ ਜਿਸ ਦੇ ਨਾਲ ਪੰਜਾਬ ਭਰ ਦੇ ਵਿੱਚ ਕੁੱਲ 829 ਕਲੀਨਿਕਾਂ ਦੇ ਕਾਰਜਸ਼ੀਲ ਹੋ ਜਾਣ ਦੇ ਨਾਲ ਨਮੀ ਸਿਹਤਾਂ ਕ੍ਰਾਂਤੀ ਦਾ ਆਗਾਜ਼ ਹੋਇਆ ਦੁਮਾ ਮੁੱਖ ਮੰਤਰੀਆਂ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਇੱਕੋ ਇੱਕ ਉਹ ਦੇ ਦੇ ਨਾਲ ਇੱਥੇ ਕਲੀਨਿਕਾਂ ਨੂੰ ਸਮਰਪਿਤ ਕੀਤਾ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੁਣ ਸੂਬੇ ਦੇ ਵਿੱਚ 829 ਆਮ ਆਦਮੀ ਕਲੀਨਿਕਾ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਕਾਰਜਸ਼ੀਲ ਹਨ ਉਹਨਾਂ ਨੇ ਕਹਿ ਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਇਹ ਕਲੀਨਿਕਾ ਉਹਨਾਂ ਦੇ ਲਈ ਵਰਦਾਨ ਸਾਵਤੂ ਰਹੇਨ ਭਗਵੰਤਾ ਸਿੰਘ ਮਾਨਿਕ ਕਹਿੰਦੇ ਕਿ ਇਹ ਕਲੀਨਿਕਾ ਪਹਿਲਾਂ ਹੀ ਲੋਕਾਂ ਨੂੰ ਬਿਮਾਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਦੇ ਵਿੱਚ ਬਹੁਤ ਸਹਾਈ ਸਦਾ ਹੋਏ ਹਨ ਆਪ ਵਰਕਰ ਦੇ ਕਤਲ ਮਾਮਲੇ ਬਾਰੇ ਪੁਲਿਸ ਦੇ ਹੱਥ ਲੱਗੀ ਅਹਿਮ ਸੀਸੀਟੀਵੀ ਫੁਟੇਜਾਂ ਤੈਨ ਲੋਕਾਂ ਨੇ ਬਰਾੜਦਾ ਮਾਮਲਾ ਦਰਜ ਤਾ ਦੋਸਤੋ ਤਰਨਤਨ ਵਿੱਚ ਸ਼ੁਕਰਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਵਰਕਰ ਗੁਰਪ੍ਰੀਤ ਸਿੰਘ ਵਰਪਾ ਗੋਪੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਤਰਨਤਨ ਅਦੇਨ ਪੈਂਦੇ ਗੋਇੰਦਵਾਲ ਸਾਹਿਬਾ ਰੋਡ ਤੇ ਸਥਿਤ ਰੇਲਵੇ ਫਾਟਕ ਤੇ ਵਾਪਸ ਗੁਰਪ੍ਰੀਤ ਸਿੰਘਾਂ ਤਰਨਤਨ ਤੋਂ ਗੋਇੰਦਵਾਲ ਸਾਹਿਬਾਂ ਨੂੰ ਜਾ ਰਹੇ ਸਤੇ ਉਥੇ ਅਧਿਐਕਾ ਕਿੱਦ ਵਿੱਚ ਅਦਾਲਤ ਵਿੱਚ ਪੇਸ਼ੀ ਸੀ ਇਸ ਘਟਨਾ ਮਗਰੋਂ ਪੁਲਿਸ ਦੇ ਹੱਥ ਹੁਣ ਅਹਿਮ ਸੀਸੀਟੀਵੀ ਫੁਟੇਜ ਲੱਗ ਗਿਆ ਜਾਂਚ ਦੇ ਦੌਰਾਨ ਸਾਹਮਣੇ ਇੱਕ ਗੁਰਪ੍ਰੀਤ ਸਿੰਘ ਗੋਪੀ ਦਾ ਕਤਲ ਕਰਨ ਵਾਲੇ ਨੌਂ ਬਾਨ ਗੁਰਪ੍ਰੀਤ ਸਿੰਘ ਗੋਪੀ ਦਾ ਸਵੈਫਟਕਾਰ ਦੇ ਵਿੱਚ ਪਿੱਛਾ ਕਰੇ ਸੰਤੇ ਉਹਨਾਂ ਨੇ ਗੁਰਪ੍ਰੀਤ ਸਿੰਘ ਗੋਪੀ ਦੀ ਗੱਡੀ ਫਾਟਕਾ ਬੰਦ ਹੋਣ ਦੇ ਕਾਰਨ ਰੁਕਣ ਦਾ ਫਾਇਦਾ ਚੁੱਕਦਿਆਂ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੋਲਾਦੇ ਬੋਲੇ ਮਰਤਾ ਕਾ ਗੁਰਪ੍ਰੀਤਾ ਸਿੰਘ ਗੋਪੀ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਜਗਦੀਪ ਸਿੰਘ ਅਰਫਾ ਜੱਗੂ ਪੁੱਤਰ ਗੁਰ ਸ਼ਾਨਾ ਸਿੰਘ ਵਾਸੀ ਰਾਣੀ ਬਲਾ ਅਤੇ ਸਤਨਾਮ ਸਿੰਘ ਅਰਫਾ ਹੁਣ ਸਿੰਘਾ ਪੁੱਤਰ ਦਰਸ਼ਨ ਸਿੰਘ ਵਾਸੀ ਚੋਲਾ ਸਾਹ ਬਸ ਮੇਤਾ ਤਿੰਨ ਵਿਅਕਤੀਆਂ ਨੇ ਬਰਾਦ ਮਾਮਲਾ ਦਰਜ ਕੀਤਾ ਗਿਆ ਹੈ ਆਗਲੀ ਖਬਰ ਹੈ ਜੀ ਪੀਸੀ ਨੂੰ ਲੈ ਕੇ ਵੱਡੇ ਅਪਡੇਟ ਆ ਵੋਟਰ ਲਿਸਟਾਂ ਸੰਬੰਧੀ ਫਾਰਮ ਭਰਨ ਦੇ ਤਰੀਕੇ ਦੇ ਵਿੱਚ ਵਾਧਾ ਤਾਂ ਦੋਸਤੋ ਐ ਜੀ ਪੀਸੀ ਨੂੰ ਲੈ ਕੇ ਵੱਡੇ ਅਪਡੇਟ ਹੁਣ ਸਾਹਮਣੇ ਆਇਆ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਆ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸੈਕਾ ਗੁਰਦੁਆਰਾ ਬੋਰਡ ਹੈ ਚੋਣ ਨਿਯਮਾ 1959 ਦੇ ਨਿਯਮਾ 6 ਤੋਂ 12 ਦੇ ਅਨੁਸਾਰ ਵੋਟਰ ਸੂਚੀ ਤਿਆਰੀ ਸੰਬੰਧੀ ਪ੍ਰੋਗਰਾਮ ਦੇ ਅਨੁਸਾਰ ਮਿਤੀ 21 ਅਕਤੂਬਰ 2023 ਤੋਂ ਵੋਟਰਾਂ ਫਾਰਮ ਭਰੇ ਜਾ ਰਿਆ ਨ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫਾਰਮ ਭਰਨ ਦੀ ਅੰਤਮ ਤਾਰੀਖ ਜੋ ਕਿ ਮਿਤੀ 29/2/2024 ਸੀ ਤੋਂ ਬਰ ਕੇ ਹੁਣ 30/4/2024 ਹੋ ਗਈ ਹੈ। ਇਸ ਦੇ ਲਈ ਜਿਨ੍ਹਾਂ ਨੇ ਹੁਣ ਤੱਕ ਫਾਰਮ ਨਹੀਂ ਭਰੇ ਉਹ ਆਪਣੇ ਫਾਰਮ ਮਿਤੀ 30/4/2024 ਤੱਕ ਰਿਵਾਈਜ਼ਿੰਗ ਅਥਾਰਟੀ ਅਫਸਰਾਂ ਦੇ ਕੋਲ ਜਾ ਕੇ ਭਰ ਸਕਦੇ ਹਨ। ਚਰਨਜੀਤ ਚੰਨੀ ਨੂੰ ਮਿਲੇ ਜਾਨੋ ਮਾਰਨ ਦੇ ਧਮਕੀ ਫੋਨ ਕਰਕੇ ਮੰਗੇ 2 ਕਰੋੜ ਰੁਪਏ। ਪੰਜਾਬ ਦੇ ਸਾਬਕਾ ਮੱਖ ਮੰਤਰੀ ਚਰਨਜੀਤ ਸੰਘਾ ਚੰਨੀ ਤੋਂ 2 ਕਰੋੜ ਰੁਪਏ ਦੇ ਪਰੋਤੇ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਹਦੀ ਸ਼ਿਕਾਇਤ ਚਰਨਜੀਤ ਸੰਘਾ ਚੰਨੀ ਨੇ ਪੰਜਾਬ ਦੇ ਡੀਜੀਪੀ ਨੂੰ ਭੇਜੀ ਗਈ ਹੈ ਚੰਨੀ ਦੇ ਅਨੁਸਾਰ ਪਰੋਤੀ ਮੰਗਣ ਵਾਲਿਆਂ ਨੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਚੰਨੀ ਨੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਜਿੱਥੇ ਮਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਆ ਤਾਂ ਉੱਤੇ ਉਹਨਾਂ ਨੇ ਪੰਜਾਬ ਪੁਲਸ ਤੇ ਸਵਾਲ ਵੀ ਚੁੱਕੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਚਰਨਜੀਤ ਚੰਨੀ ਨੇ ਕਹਿ ਕੇ ਉਹਨਾਂ ਦੇ ਸਰਕਾਰ ਵਿੱਚ ਵਾਅਦਾ ਕਰਨ ਦੇ ਥਾਂ ਉਹਨਾਂ ਦੀ ਸੁਰੱਖਿਆ ਘਟਾਈ ਜਾ ਰਹੀ ਹੈ ਦਿੱਲੀ ਕੂਚਾ ਦਲਕ ਕਿਸਾਨਾਂ ਨੇ ਲੱਭਿਆ ਨਵਾਂ ਰਾਹ ਹੁਣ ਟਰੈਕਟਰਾਂ ਦੇ ਥਾਂ ਰੇਲਾਂ ਬੱਸਾਂ ਤੇ ਜਾਣਗੇ ਦਿੱਲੀ ਤਾਂ ਦੋਸਤੋ ਯੂनाइटेड ਕਿਸਾਨ ਮੋਰਚਾ SKM ਦੀ ਮੀਟਿੰਗਾਂ ਕੱਲ ਕਿਸਾਨਾਂ ਆਗੂ ਬਲਵੀਰਾ ਸਿੰਘ ਰਾਜੇਵਾਲ ਦੇ ਅਗਵਾਈ ਦੇ ਹੇਠ ਲੁਧਿਆਣਾ ਦੇ ਈਸੂਡੂ ਪਵਨ ਵਿਖੇ ਹੋਈ ਮੀਟਿੰਗ ਦੇ ਵਿੱਚ ਜਾਲਾ 25 ਸਮੂਹਾਂ ਨੇ ਭਾਗ ਲਿਆ ਐਸ ਦਰਾਂ 14 ਮਾਰਚ ਨੂੰ ਦਿੱਲੀ ਦੇ ਆਰਾਮ ਲੀਲਾ ਮੈਦਾਨ ਦੇ ਵਿੱਚ ਮਹਾ ਪੰਚਾਇਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨ ਟਰੈਕਟਰ ਦੇ ਨਾਲ ਨਹੀਂ ਬਲਕੇ ਬੱਸਾਂ ਰੇਲਾਂ ਅਤੇ ਆਪਣੇ ਸਾਧਨਾਂ ਦੇ ਰਾਹੀਂ ਦਿੱਲੀ ਜਾਣਗੇ ਦੱਸਦੇ ਕਿ ਦਿੱਲੀ ਵੱਲ ਮਾਰਚ ਕਰਨ ਦੇ ਲਈ ਨਿਕਲੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਪਿਛਲੇ 17 ਦਿਨਾਂ ਤੋਂ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਹੈ ਕਿਸਾਨ ਅਤੇ ਫੌਜੀ ਇਕ ਦੂਜੇ ਤੇ ਅਤਿਰਗਤ ਦੇ ਗੋਲੇ ਅਤੇ ਪੱਥਰਾਂ ਨੇ ਵਰਕਾ ਕਰਿਆ ਅਤੇ ਕਿਸਾਨ ਕਈ ਵਾਰ ਕੇਂਦਰ ਨੂੰ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਅਗਲੀ ਖਬਰ ਸੋਨੇ ਸੀਜ਼ਨ ਦੇ ਲਈ ਕਿਸਾਨ ਨੂੰ ਮੁੱਦੇ ਸਰਕਾਰ ਦਾ ਵੱਡਾ ਤੂਫਾ 25000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ ਕੇਂਦਰ ਦਾ ਕਿਸਾਨ ਨੂੰ ਵੱਡਾ ਤੂਫਾ ਦਿੱਤਾ ਗਿਆ ਸੋਨੇ ਸੀਜ਼ਨ ਦੇ ਲਈ 24000 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਸਾਨਾਂ ਨੂੰ ਪਰਮੋਕਸ਼ਕ ਤੱਤ ਡੀਪੀ 350 ਰੁਪਏ ਪ੍ਰਤੀ ਠਿੱਲਾ 50 ਕਿਲੋ ਦੇ ਭਾਅ ਦੇ ਉੱਤੇ ਮਿਲਦੀ ਰਹੇਗੀ ਇਸ ਦੇ ਨਾਲ ਹੀ ਹੋਰਾਂ ਪਰਮੋਕਸ਼ਕ ਰਸਾਇਣਕ ਖਾਦਾਂ ਦੇ ਪਰਜੂਣ ਕੀਮਤਾਂ ਵੀ ਸਥਿਰ ਰਹਿਣਗੀਆਂ ਦੱਸ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਦੇ ਬੈਚ ਵਿੱਚ ਹੋਈ ਕੈਬਨਟ ਦੇ ਬੈਟਕ ਵਿੱਚ 1 April ਤੋਂ 30 ਸਤੰਬਰ ਤੱਕ ਸੋਹਣੀ ਸੀਜ਼ਨ ਦੇ ਲਈ ਪੋਸ਼ਕ ਤੱਤਾਂ ਅਧਾਰਿਤ ਸਬਸਿਡੀ ਦਰਾਂ ਤੈਅ ਕਰਨ ਦੇ ਲਈ ਖਾਦ ਵਿਭਾਗ ਦੇ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਨੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਹਿ ਕੇ ਕੈਬਨਟ ਨੇ ਐਨਬੀਐਸ ਜੋਇਨਾ ਤਹਿਤ ਖਾਦ ਦੇ ਤਿੰਨ ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੋਨੇ ਸੀਜ਼ਨ 2024 ਦੇ ਲਈ ਫਾਸਫੇਟ ਅਤੇ ਪੋਟਾਸ਼ ਖਾਦਾਂ ਤੇ 24420 ਕਰੋੜ ਰੁਪਏ ਦੇ ਪੋਸਟਕਾ ਆਧਾਰਿਤ ਸਬਸਿਡੀਆਂ ਨੂੰ ਮਨਜ਼ੂਰੀ ਦਿੱਤੀ ਗਿਆ ਸੂਚਨਾ ਤੇ ਪ੍ਰਚਾਰਨ ਮੰਤਰੀ ਅਨੁਰਾਗ ਠਾਕ ਨੇ ਕਹਿ ਕੇ ਵਿਸ਼ਵ ਦੇ ਵਿੱਚ ਜੂਰੀਆ ਕਾਦ ਦੀਆਂ ਕੀਮਤਾਂ ਵਧੀਆਂ ਹਨ ਪਰ ਮੋਦੀ ਸਰਕਾਰ ਨੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੁਣ ਦਿੱਤਾ